Welcome students to our next episode, and it is, as I told you that time, that we will not be able to finish our chapter in one go. That's why this is the second episode of that very chapter, the clean confession. So a clean confession part 2 bilkul bhi nahi hai bachcho. This is not part 2. This is part 2 from Edusat, because we will not be able to finish this whole chapter in one go. So likewise, if we get some lengthy chapters and we intend to complete them, what we do is we divide them so that the whole purpose is served, right? For example, the child return wala beta bete jada thoda chapter hai na, oh hai do parts cha. Onu asi ye dekhange bhi asi kinne parts cha kara sakde hain, right? So don't get confused in your schedule. It's part 2, not of the chapter in your book. It's part 2 from Edusat Studio. Because it's very difficult for us to wind up a very big chapter in one episode only. Therefore, keeping in view these kind of things, that word meanings as well as vocabulary, as well as certain things have to be taken up while doing the lectures, we have to accordingly divide them, right? So, asi agge chalan to pehle choti ji ek introduction fir dwara to kar lenne ha. ਸਾਡਾ ਜਿਹੜਾ ਚੈਪਟਰ ਹੈ ਉਸ ਦੇ ਵਿੱਚ ਅ ਕਲੀਨ ਕਨਫੈਸ਼ਨ ਮਹਾਤਮਾ ਗਾਂਧੀ ਜੀ ਦੁਆਰਾ ਲਿਖਿਆ ਗਿਆ ਹੈ ਫੋਰ ਦੋਜ਼ ਆਫ ਯੂ ਹੂ ਹੈਵ ਨਾਟ ਅਟੈਂਡਡ ਦਾ ਐਪੀਸੋਡ ਲਾਸਟ ਟਾਈਮ ਦੇਅਰ ਵਿਲ ਬੀ ਅ ਕੁਇਕ ਰੀਕੈਪ ਬਟ ਬਿਫੋਰ ਦੈਟ ਟੂ ਲਾਈਨਸ ਅਬਾਊਟ ਦਿਸ ਚੈਪਟਰ ਕਨਫੈਸ਼ਨ ਦਾ ਮਤਲਬ ਹੁੰਦਾ ਬੱਚਿਓ ਕੋਈ ਚੀਜ਼ ਨੂੰ ਖੁਦ ਮੰਨ ਲੈਣਾ ਕਨਫੈਸ ਕਰ ਲੈਣਾ ਕਬੂਲ ਕਰ ਲੈਣਾ ਕਿ ਮੇਰੇ ਤੋਂ ਇਹ ਗਲਤੀ ਹੋ ਗਈ ਹੈ ਜੇ ਕੋਈ ਇਨਸਾਨ ਇਸ ਤਰ੍ਹਾਂ ਕਰ ਸਕਦਾ ਹੈ ਔਰ ਉਹ ਆਪਣੀ ਈਗੋ ਨੂੰ ਪਿੱਛੇ ਰੱਖ ਕੇ ਆਪਣੀ ਆਤਮਾ ਦੀ ਆਵਾਜ਼ ਸੁਣਦਾ ਹੈ ਦੈਟ ਇਜ਼ ਦ ਰੀਅਲ ਐਨਲਾਈਟਨਮੈਂਟ ਉਹੀ ਇੱਕ ਸਹੀ ਰਸਤਾ ਹੈ ਜਿਹੜਾ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਏਗਾ ਇਸੇ ਥੋਟ ਦੇ ਨਾਲ ਇਸ ਚੈਪਟਰ ਨੂੰ ਇਨਕਲੂਡ ਕੀਤਾ ਗਿਆ ਹੈ ਮਹਾਤਮਾ ਗਾਂਧੀ ਜੀ ਐਜ਼ ਅ ਚਾਈਲਡ ਵਾਜ਼ ਵੈਰੀ ਨੋਟੀ ਹੀ ਡਿਡ ਸਰਟਨ ਮਿਸਚੀਵਸ ਵਿਚ ਵੀ ਐਜ਼ ਚਿਲਡਰਨ ਆਲਸੋ ਅਟੈਂਪਟ ਮਹਾਤਮਾ ਗਾਂਧੀ ਜੀ ਵੀ ਛੋਟੇ ਹੁੰਦੇ ਬੜੇ ਨਟਖਟ ਬੱਚੇ ਸੀ ਔਰ ਉਹਨਾਂ ਨੇ ਇਸ ਚੈਪਟਰ ਨੂੰ ਆਟੋਬਾਇਓਗ੍ਰਾਫੀ 'ਚ ਕਿਉਂ ਇਨਕਲੂਡ ਕੀਤਾ ਤਾਂ ਜੋ ਕਿ ਕੋਈ ਇਹ ਨਾ ਸੋਚੇ ਕਿ ਉਹ ਸ਼ੁਰੂ ਤੋਂ ਹੀ ਬਹੁਤ ਇੱਕ ਕਾਇੰਡ ਸੋਲ ਸੀ ਜਾਂ ਉਹ ਪੈਦਾ ਹੀ ਮਹਾਤਮਾ ਹੋਏ ਸੀ ਜਾਂ ਉਹਨਾਂ ਨੇ ਕਦੀ ਝੂਠ ਨਹੀਂ ਬੋਲਿਆ ਅਤੇ ਉੱਥੇ ਹੀ ਬੱਚਿਆਂ ਦਾ ਮਨੋਬਲ ਥੋੜ੍ਹਾ ਗਿਰ ਜਾਂਦਾ ਹੈ ਵੀ ਇਹ ਤਾਂ ਬਹੁਤ ਮੁਸ਼ਕਿਲ ਟਾਰਗੇਟ ਹੈ ਇੱਕ ਮਹਾਤਮਾ ਬਣਨਾ ਨੋ ਯੂ ਕੈਨ ਬੀ ਅ ਵੈਰੀ ਗੁੱਡ ਮਹਾਤਮਾ ਫਰੋਮ ਇਨਸਾਈਡ ਅੰਦਰੋਂ ਅਸੀਂ ਸਾਰੇ ਬਹੁਤ ਅੱਛੀ ਇੱਕ ਸੋਲ ਦੇ ਨਾਲ ਪੈਦਾ ਹੁੰਦੇ ਹਾਂ ਅਸੀਂ ਉਸੇ ਸੋਲ ਨੂੰ ਇੱਕ ਬਹੁਤ ਅੱਛੇ ਰਸਤੇ 'ਤੇ ਲਿਜਾ ਸਕਦੇ ਹਾਂ ਜੇ ਅਸੀਂ ਇਸੇ ਤਰ੍ਹਾਂ ਚੱਲੀਏ ਜੇ ਤੁਹਾਨੂੰ ਬੱਚਿਓ ਮੌਕਾ ਮਿਲੇ ਤਾਂ ਆਟੋਬਾਇਓਗ੍ਰਾਫੀ ਨੂੰ ਗਾਂਧੀ ਜੀ ਦੀ ਜ਼ਰੂਰ ਪੜ੍ਹਨਾ ਤੁਹਾਨੂੰ ਉੱਥੇ ਬੜੀ ਮੋਟੀਵੇਸ਼ਨ ਮਿਲੇਗੀ ਕਿ ਅਸੀਂ ਵੀ ਉਸੇ ਤਰ੍ਹਾਂ ਨੋਰਮਲ ਬੱਚੇ ਹਾਂ ਔਰ ਅਸੀਂ ਵੀ ਬਹੁਤ ਵੱਡੇ ਵੱਡੇ ਕੰਮ ਕਰ ਸਕਦੇ ਹਾਂ ਸੋ ਬਹੁਤਾ ਸਮਾਂ ਨਾ ਲੈਂਦੇ ਹੋਏ ਅਸੀਂ ਅੱਗੇ ਚੱਲਦੇ ਹਾਂ ਅ ਰੈਲੇਟਿਵ ਐਂਡ ਆਈ ਬਿਕੇਮ ਅ ਵੈਰੀ ਕਲੋਜ਼ ਫਰੈਂਡ ਐਂਡ ਵੀ ਵਰ ਵੈਰੀ ਫੌਂਡ ਆਫ ਸਮੋਕਿੰਗ ਮਤਲਬ ਗਾਂਧੀ ਜੀ ਨੇ ਛੋਟੇ ਹੁੰਦਿਆਂ ਸਿਗਰਟ ਪੀਣਾ ਸ਼ੁਰੂ ਕਰ ਦਿੱਤਾ ਆਪਣੇ ਇੱਕ ਰੈਲੇਟਿਵ ਦੀ ਸੋਬਤ ਵਿੱਚ ਸਿਰਫ ਇਸ ਲਈ ਨਹੀਂ ਕਿ ਉਹਨਾਂ ਨੂੰ ਸਿਗਰਟ ਪਸੰਦ ਸੀ ਬਲਕਿ ਇਸ ਲਈ ਕਿਉਂਕਿ ਉਹ ਆਪਣੇ ਮੂੰਹ 'ਚੋਂ ਸਮੋਕਸ ਕੱਢਣਾ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਧੂੰਆਂ ਨਿਕਲਦਾ ਜਿਵੇਂ ਆਮ ਤੌਰ 'ਤੇ ਬੱਚੇ ਔਰ ਅਸੀਂ ਬਹੁਤ ਜ਼ਿਆਦਾ ਵਿੰਟਰਸ 'ਚ ਕਰ ਕਰਕੇ ਮਜ਼ਾ ਲੈਂਦੇ ਹਾਂ ਨਾ ਸਿਰਫ ਉਸੇ ਥ੍ਰਿਲ ਲਈ ਹੁਣ ਗਾਂਧੀ ਜੀ ਬਹੁਤ ਛੋਟੇ ਸੀ ਉਹਨਾਂ ਦੇ ਅੰਕਲ ਯਾਨੀ ਕਿ ਇੱਕ ਹੋਰ ਰਿਸ਼ਤੇਦਾਰ ਉਹਨਾਂ ਦੇ ਘਰ ਸੀ ਔਰ ਉਹਨਾਂ ਨੂੰ ਉਹ ਸਿਗਰਟ ਪੀਂਦੇ ਦੇਖਦੇ ਸੀ ਇਹਦਾ ਮਤਲਬ ਇਹ ਹੈ ਬੱਚਿਓ ਕਿ ਕਦੀ ਵੀ ਕਿਸੇ ਐਸੇ ਬੈਡ ਐਗਜ਼ਾਮਪਲ ਨੂੰ ਫੋਲੋ ਕਰਨ ਤੋਂ ਪਹਿਲਾਂ ਉਹਦੇ ਪ੍ਰੋਜ਼ ਐਂਡ ਕੋਨ ਜ਼ਰੂਰ ਸੋਚੋ ਇਸ ਕਰਕੇ ਗਾਂਧੀ ਜੀ ਨੇ ਆਪਣੀਆਂ ਸਟੰਪਸ ਯਾਨੀ ਕਿ ਬਚੇ ਹੋਏ ਅੰਕਲ ਦੇ ਸਿਗਰਟ ਦੇ ਟੁਕੜੇ ਵੀ ਚੁਰਾਉਣੇ ਸ਼ੁਰੂ ਕਰਤੇ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ ਕਿ ਜੁਰਮ ਕਦੀ ਇੱਕ ਨਹੀਂ ਹੋ ਸਕਦਾ ਇਟ ਲੀਡਸ ਟੂ ਵਨ ਥਿੰਗ ਓ ਦੀ ਅਦਰ ਝੂਠ ਵੀ ਕਦੀ ਇੱਕ ਨਹੀਂ ਬੋਲਿਆ ਜਾ ਸਕਦਾ ਇੱਕ ਝੂਠ ਨੂੰ ਛੁਪਾਉਣ ਲਈ 100 ਝੂਠ ਬੋਲਣੇ ਪੈਂਦੇ ਹਨ ਔਰ ਮੈਮਰੀ ਵੀ ਸ਼ਾਰਪ ਰੱਖਣੀ ਪੈਂਦੀ ਹੈ ਔਰ ਸਟੰਪਸ ਦੇ ਨਾਲ ਉਹਨਾਂ ਮਜ਼ਾ ਨਹੀਂ ਸੀ ਆਉਂਦਾ ਗਾਂਧੀ ਜੀ ਨੂੰ ਫਿਰ ਉਹਨਾਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਸਰਵੈਂਟ ਦੇ ਪੈਸੇ ਚੁਰਾਉਣੇ ਸ਼ੁਰੂ ਕਰਤੇ ਦੇਖਿਆ 3 ਸਲਾਈਡਸ ਦੇ ਵਿੱਚ ਹੀ 3 ਚੋਰੀਆਂ 3 ਝੂਠ ਉਹਨਾਂ ਨੇ ਬੋਲ ਲਏ ਹੁਣ ਸਵਾਲ ਇਹ ਉੱਠਦਾ ਸੀ ਕਿ ਉਸ ਚੀਜ਼ਾਂ ਨੂੰ ਸਿਗਰੇਟਸ ਨੂੰ ਪੈਸਿਆਂ ਨੂੰ ਕਿੱਥੇ ਲੁਕੋਇਆ ਜਾਏ ਔਰ ਸਮੋਕ ਵੀ ਨਹੀਂ ਸੀ ਕਰ ਸਕਦੇ ਉਹ ਆਪਣੇ ਬਜ਼ੁਰਗਾਂ ਦੇ ਸਾਹਮਣੇ ਪਰ ਕੁਝ ਹਫ਼ਤੇ ਉਹ ਇਸੇ ਚੀਜ਼ ਨੂੰ ਬਰਕਰਾਰ ਉਹਨਾਂ ਨੇ ਰੱਖਿਆ ਲੇਕਿਨ ਸੈਟਿਸਫੈਕਸ਼ਨ ਨਹੀਂ ਹੋਇਆ ਸੰਤੁਸ਼ਟੀ ਨਹੀਂ ਹੋਈ
ਸਾਡੀ ਉਹ ਜਿਹੜੀ ਇੰਡੀਪੈਂਡੈਂਸ ਦੀ ਲੜਾਈ ਸੀ ਉਹ ਬਹੁਤ ਦਰਦ ਦੇਣ ਲੱਗ ਗਈ ਕਿਉਂਕਿ ਬੱਚਿਓ ਜਦੋਂ ਵੀ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਨਾ ਕੋਈ ਸਾਨੂੰ ਪਕੜੇ ਨਾ ਪਕੜੇ ਅਸੀਂ ਟੀਚਰ ਦੀ ਨਜ਼ਰਾਂ 'ਚ ਆਈਏ ਨਾ ਆਈਏ ਲੇਕਿਨ ਜਦੋਂ ਵੀ ਅਸੀਂ ਇਕੱਲੇ ਬੈਠੇ ਹੁੰਦੇ ਹਾਂ ਉਹ ਚੀਜ਼ ਬਾਰ ਬਾਰ ਅੰਦਰੋਂ ਆਵਾਜ਼ ਦਿੰਦੀ ਹੈ ਇਹ ਗੱਲ ਅਲੱਗ ਹੈ ਕਿ ਅਸੀਂ ਉਹਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰ ਦੇਈਏ ਸੋ ਉਹ ਪੇਨਫੁੱਲ ਹੋ ਜਾਂਦਾ ਤੁਸੀਂ ਕਦੀ ਇਸ ਆਵਾਜ਼ ਨੂੰ ਸੁਣਿਆ ਹੈ ਜ਼ਰੂਰ ਸੁਣਿਆ ਹੋਏਗਾ ਇਹਨੂੰ ਪਹਿਚਾਨੋ ਔਰ ਗਾਂਧੀ ਜੀ ਨੇ ਵਾਸਤੇ ਵੀ ਉਹ ਆਜ਼ਾਦੀ ਦੀ ਜਿਹੜੀ ਸੰਘਰਸ਼ ਸੀ ਨਾ ਕਿ ਮੈਂ ਇਕੱਲੇ ਅਸੀਂ ਸਿਗਰਟ ਕਿਉਂ ਨਹੀਂ ਪੀ ਸਕਦੇ ਉਹ ਬੜਾ ਦਰਦ ਦੇਣ ਲੱਗ ਗਿਆ ਕਿ ਅਸੀਂ ਐਲਡਰਸ ਤੋਂ ਬਿਨਾਂ ਕੁਛ ਕਰ ਹੀ ਨਹੀਂ ਸਕਦੇ ਫਿਰ ਹਾਰ ਕੇ ਖਿੱਝ ਕੇ ਉਹਨਾਂ ਨੇ ਸੋਚਿਆ ਅਸੀਂ ਤਾਂ ਹੁਣ ਆਪਣਾ ਜੀਵਨ ਹੀ ਖਤਮ ਕਰ ਦੇਣਾ ਸੁਈਸਾਈਡ ਕਰ ਲੈਣਾ ਲੇਕਿਨ ਕਿਵੇਂ ਕਰੀਏ ਪੋਇਜ਼ਨ ਕਿੱਥੋਂ ਲਿਆਈਏ ਇਹ ਜ਼ਰੂਰ ਸੁਣਿਆ ਸੀ ਉਹਨਾਂ ਨੇ ਛੋਟੇ ਹੁੰਦੇ ਕਿ ਧਤੂਰੇ ਦੇ ਬੀਜ ਬਹੁਤ ਇੱਕ ਜ਼ਹਿਰੀਲੀ ਪੋਇਜ਼ਨ ਨੇ ਪੋਇਜ਼ਨ ਵੀ ਆਲ ਨੋ ਕੋਈ ਵੀ ਚੀਜ਼ ਜਿਸ ਨੂੰ ਅਸੀਂ ਜੇ ਪੀ ਲਈਏ ਤਾਂ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਹਾਰਮਫੁੱਲ ਹੁੰਦੀ ਹੈ ਉਸ 'ਤੇ ਸਾਈਨ ਬਣਿਆ ਹੁੰਦਾ ਹੈ ਰਾਈਟ ਔਫ ਵੀ ਵੈਂਟ ਟੂ ਦ ਜੰਗਲ ਇਨ ਸਰਚ ਆਫ ਦੀਜ਼ ਸੀਡਸ ਐਂਡ ਗੋਟ ਦੈਮ ਸੋ ਵਾਟ ਵੀ ਡਿਡ ਵਾਜ਼ ਅਸੀਂ ਜੰਗਲ ਦੇ ਵਿੱਚ ਚਲੇ ਗਏ ਵਾਟ ਫੋਰ ਫੋਰ ਧਤੂਰਾ ਸੀਡਸ ਐਂਡ ਟੂ ਸਰਚ ਦੈਮ ਸਰਚ ਇਜ਼ ਟੂ ਫਾਇੰਡ ਸੋ ਇਫ ਯੂ ਰਿਮੈਂਬਰ ਦਿਸ ਪਿਕਚਰ ਵਾਈਲ ਰਿਮੈਂਬਰਿੰਗ ਦ ਵਰਡ ਸਰਚ ਆਈ ਥਿੰਕ ਇਟ ਵਿਲ ਸਰਵ ਇਟਸ ਪਰਪਸ ਜੇ ਤੁਸੀਂ ਇਸ ਪਿਕਚਰ ਨੂੰ ਯਾਦ ਰੱਖੋ ਜਦੋਂ ਤੁਹਾਨੂੰ ਸਰਚ ਵਰਡ ਕਿਧਰੇ ਆਏ ਅੱਗੇ ਤਾਂ ਸ਼ਾਇਦ ਇਸ ਤਸਵੀਰ ਦਾ ਜਿਹੜਾ ਮੀਨਿੰਗ ਹੈ ਉਹ ਬਹੁਤ ਕਾਰਗਰ ਸਾਬਿਤ ਹੋਏਗਾ ਸਰਚ ਹੁੰਦਾ ਕਿਸੇ ਚੀਜ਼ ਨੂੰ ਲੱਭਣਾ ਸੋ ਉਹਨਾਂ ਨੇ ਧਤੂਰਾ ਸੀਡਸ ਨੂੰ ਸਰਚ ਕਰਨ ਲਈ ਜੰਗਲ ਦਾ ਰਸਤਾ ਚੱਕਿਆ ਈਵਨਿੰਗ ਵਾਸ ਥੋਟ ਟੂ ਬੀ ਦੀ ਆਸਪੀਸ਼ੀਅਸ ਆਰ ਸੋਚਿਆ ਸ਼ਾਮ ਦਾ ਸਮਾਂ ਹੈ ਬਹੁਤ ਆਸਪੀਸ਼ੀਅਸ ਹੋਏਗਾ ਆਸਪੀਸ਼ੀਅਸ ਕੀ ਹੁੰਦਾ ਬੱਚਿਓ ਵੈਰੀ ਲੱਕੀ ਆਪਾਂ ਕਹਿੰਦੇ ਨਾ ਸ਼ੁਭ ਮਹੂਰਤ ਹੈ ਬਹੁਤ ਸੁਣਦੇ ਹਾਂ ਆਪਾਂ ਸੋ ਰਿਪਲੇਸ ਦੈਟ ਸ਼ੁਭ ਮਹੂਰਤ ਵਿਦ ਆਸਪੀਸ਼ੀਅਸ ਮਹੂਰਤ ਔਰ ਅ ਲੱਕੀ ਟਾਈਮ ਜਿਵੇਂ ਪੰਡਿਤ ਵੀ ਕੱਢਦੇ ਹਨ ਮਹੂਰਤ ਜਾਂ ਅਸੀਂ ਇਹ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਇਹ ਦਿਨ ਬੜਾ ਚੰਗਾ ਹੋਏਗਾ ਦੈਟ ਇਜ਼ ਆਸਪੀਸ਼ੀਅਸ ਹਾਲਾਂਕਿ ਕੰਮ ਗਾਂਧੀ ਜੀ ਦੇਖੋ ਕੀ ਕਰਨ ਜਾ ਰਹੇ ਹਨ ਪਰ ਉਹਨਾਂ ਨੂੰ ਲੱਗਿਆ ਸ਼ਾਮ ਦਾ ਟਾਈਮ ਸ਼ਾਇਦ ਅੱਛਾ ਕੰਮ ਸਾਡਾ ਬਣ ਜਾਏ ਵੀ ਵੈਂਟ ਟੂ ਕੇਦਾਰ ਜੀ ਮੰਦਿਰ put ghee in the temple lamp had the darshan and then looked for the lonely corner kithe gaye gandhi ji went second form of go kedar ji mandir so jivein ki rab ne rasta palatna hunda hai zahir khan to pehla ohna ne mandir de darshan kite temple de us lamp de vich ki paya darshan kite ਔਰ ਇੱਕ ਲੋਨਲੀ ਕੋਰਨਰ ਦੀ ਤਲਾਸ਼ ਕਰਨ ਲੱਗ ਗਏ ਜਿੱਥੇ ਬੈਠ ਕੇ ਉਹ ਮਰਨਗੇ ਵਾਟ ਇਜ਼ ਅ ਲੋਨਲੀ ਕੋਰਨਰ ਵੇਅਰ ਦੇਰ ਇਜ਼ ਨੋ ਬਡੀ ਅਰਾਊਂਡ ਵੇਅਰ ਦੇਰ ਇਜ਼ ਨੋ ਵਨ ਟੂ ਡਿਸਟਰਬ ਯੂ ਸੀ ਅ ਕੈਟ ਸਿਟਿੰਗ ਇਨ ਅ ਲੋਨਲੀ ਕੋਰਨਰ ਸੋ ਨੈਕਸਟ ਟਾਈਮ ਵੈਨ ਐਵਰ ਯੂ ਆਰ ਸੈਡ ਐਂਡ ਯੂ ਫੀਲ ਲਾਈਕ ਗੋਇੰਗ ਇਨ ਟੂ ਅ ਲੋਨਲੀ ਕੋਰਨਰ ਡੂ ਰਿਮੈਂਬਰ ਦਿਸ ਕੈਟ ਇਟ ਫੀਲਸ ਦ ਸੇਮ ਇਟ ਫੀਲਸ ਵੈਰੀ ਸੈਡ ਸੋ ਲੋਨਲੀ ਕੋਰਨਰ ਇਜ਼ ਰਿਕੁਆਇਰਡ ਵਾਈ ਇਫ ਵੀ ਵਾਂਟ ਟੂ ਡੂ ਅ ਮਿਸ ਡੀਡ ਕੁਛ ਗਲਤ ਕਰਨਾ ਚਾਹੁੰਦੇ ਹਾਂ ਅਸੀਂ ਸੋ ਗਾਂਧੀ ਜੀ ਔਰ ਉਹਨਾਂ ਦਾ ਫਰੈਂਡ ਉਹ ਲੋਨਲੀ ਕੋਰਨਰ ਦੇ ਵਿੱਚ ਤਲਾਸ਼ ਕਰਨ ਲੱਗ ਗਏ ਕਿ ਹੁਣ ਅਸੀਂ ਧਤੂਰਾ ਸੀਡਸ ਲਿਆਵਾਂਗੇ ਇੱਥੇ ਬੈਠ ਕੇ ਅਸੀਂ ਖਾ ਲਾਂਗੇ ਸਪੋਜ਼ਿੰਗ ਵੀ ਵਰ ਨੋਟ ਐਟ ਵਾਂਸ ਕਿਲਡ ਹੁਣ ਉਹਨਾਂ ਨੇ ਕਿਉਂਕਿ ਮੰਦਿਰ ਦੇ ਵਿੱਚ ਚਲੇ ਗਏ ਸੀ ਉਹਨਾਂ ਦਾ ਦਿਮਾਗ ਸੁਸਾਈਡ ਤੋਂ ਥੋੜ੍ਹਾ ਥੋੜ੍ਹਾ ਹਟਣ ਲੱਗ ਗਿਆ ਜਦੋਂ ਕਦੀ ਵੀ ਇਹੋ ਜਿਹਾ ਗਲਤ ਥੋਟ ਆਏ ਮਾਇੰਡ 'ਚ ਉਸੇ ਟਾਈਮ ਮਾਇੰਡ ਨੂੰ ਡਿਫਲੈਕਟ ਕਰ ਲਓ ਚੇਂਜ ਕਰ ਲਓ ਸੋ ਉਹਨਾਂ ਦੇ ਫਰੈਂਡ ਨੂੰ ਉਹਨਾਂ ਨੇ ਪੁੱਛਿਆ ਕੀ ਹੋਏਗਾ ਜੇ ਅਸੀਂ ਇੱਕਦਮ ਮਾਰੀਏ ਨਾ ਐਂਡ ਵਾਟ ਵਾਜ਼ ਦ ਗੁੱਡ ਆਫ ਕਿਲਿੰਗ ਆਰ ਸੈਲਸ ਜੇ ਅਸੀਂ ਆਪਣੇ ਆਪ ਨੂੰ ਕਿਲ ਕਰ ਦਿੱਤਾ ਤਾਂ ਕੀ ਗੁੱਡ ਹੋਏਗਾ ਕੀ ਫਾਇਦਾ ਹੋ ਜਾਏਗਾ ਵਾਈ ਨੋਟ ਰਾਦਰ ਪੁੱਟ ਅਪ ਵਿਦ ਲੈਕ ਆਫ ਇੰਡੀਪੈਂਡੈਂਸ ਸੋ ਸਪੋਜ਼ ਕਰਨ ਦਾ ਕੀ ਮਤਲਬ ਹੁੰਦਾ ਬੱਚਿਓ ਜੇ ਅਸੀਂ ਕੋਈ ਚੀਜ਼ ਮੰਨ ਕੇ ਚੱਲਦੇ ਹਾਂ ਮੈਥਸ ਵਿੱਚ ਇਹ ਵਰਡ ਬੜਾ ਯੂਜ਼ ਹੁੰਦਾ ਸਪੋਜ਼ ਐਕਸ ਇਜ਼ ਇਕੁਅਲ ਟੂ 1 ਹੈ ਨਾ ਵੀ ਮੰਨ ਲਓ ਤਾਂ ਹੁਣ ਉਹ ਮੰਨ ਕੇ ਕੀ ਚੱਲ ਰਹੇ ਹੈ ਮੰਨ ਲਓ ਅਸੀਂ ਨਾ ਮਰੇ ਜੇ ਸਾਡੇ ਨਾਲ ਕੁਛ ਹੋਰ ਹੋ ਗਿਆ ਵਾਟ ਇਜ਼ ਦ ਮੀਨਿੰਗ ਆਫ ਲੈਕ ਆਫ ਵੀ ਆਰ ਆਲਵੇਜ਼ ਸਟਰਗਲਿੰਗ ਵਿਦ ਲੈਕ ਆਫ ਸਮਥਿੰਗ
ਲੈਕ ਆਫ ਹੁੰਦਾ ਬੱਚਿਓ ਜਦੋਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਏ ਹੁੰਦਾ ਤੁਹਾਨੂੰ ਇਸ ਤਰ੍ਹਾਂ ਕਦੀ ਮਹਿਸੂਸ ਜਿੰਨੀ ਵੀ ਪੋਕਿਟ ਮਨੀ ਮਿਲਦੀ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਬਹੁਤ ਘੱਟ ਹੈ ਜਾਂ ਮੇਰੇ ਕੋਲ ਬਹੁਤ ਚੀਜ਼ਾਂ ਦੀ ਲੈਕ ਹੈ ਬਹੁਤ ਚੀਜ਼ਾਂ ਘੱਟ ਹਨ ਸੋ ਵੈਨ ਯੂ ਫੀਲ ਦੇਅਰ ਇਜ਼ ਨੋਟ ਇਨਫ ਯੂ ਡੋਂਟ ਹੈਵ ਇਨਫ ਦੈਟ ਮੀਨਸ ਲੈਕ ਆਫ ਸੋ ਆਲਵੇਜ਼ ਰਿਮੈਂਬਰ ਦਿਸ ਪਿਕਚਰ ਦਿਸ ਇਜ਼ ਅ ਵੈਰੀ ਬਿਊਟੀਫੁਲ ਪਿਕਚਰ ਆਈ ਕੁਡ ਫਾਇੰਡ ਐਂਡ ਵਾਟ ਇਜ਼ ਸਵੋਲੋ ਸਵੋਲੋ ਇਹਨੂੰ ਐਕਸਪਲੇਨ ਕਰਨਾ ਇਨ ਇੰਗਲਿਸ਼ ਵਾਜ ਵੈਰੀ ਲੈਂਦੀ ਸੋ ਆਈ ਥੋਟ ਆਫ ਪੁਟਿੰਗ ਓਨਲੀ ਅ ਪਿਕਚਰ ਦਿਸ ਇਜ਼ ਵੈਨ ਐਵਰ ਵੀ ਪੁੱਟ ਅ ਡਰਿੰਕ ਔਰ ਵੀ ਈਟ ਸਮਥਿੰਗ ਸਟੇਟ ਅਵੇ ਈਦਰ ਵੀ ਚਿਊ ਇਟ ਔਰ ਵੀ ਕੀਪ ਇਟ ਇਨ ਆਰ ਮਾਊਥ ਇਟ ਇਜ਼ ਸਵੋਲੋਡ ਡਾਊਨ ਦ ਥਰੋਟ ਨਿਗਲ ਲੈਣਾ ਕਿਸੇ ਚੀਜ਼ ਨੂੰ ਜ਼ਿਆਦਾਤਰ ਇਹ ਡਰਿੰਕ ਲਈ ਯੂਜ਼ ਹੁੰਦਾ ਕਿਉਂਕਿ ਸਾਨੂੰ ਉਸਨੂੰ ਚਿਊ ਨਹੀਂ ਕਰਨਾ ਪੈਂਦਾ ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਹਾਂ ਉਹਨਾਂ ਨੂੰ ਸਾਨੂੰ ਇੱਕ ਵਾਰ ਪਾਣੀ ਨਾਲ ਜਾਂ ਕਿਸੇ ਲਿਕੁਇਡ ਚੀਜ਼ ਨਾਲ ਅਸੀਂ ਉਸਨੂੰ ਸਵੋਲੋ ਕਰਦੇ ਹਾਂ ਰਾਈਟ ਸੋ ਸਵੋਲੋ ਹੁੰਦਾ ਨਿਗਲ ਲੈਣਾ ਸੋ ਗਾਂਧੀ ਜੀ ਔਰ ਉਹਨਾਂ ਦੇ ਰੈਲੇਟਿਵ ਨੇ ਸੋਚਿਆ ਕਿਉਂ ਨਾ ਅਸੀਂ ਪੁੱਟ ਅਪ ਕਰੀਏ ਵਿਦ ਦ ਲੈਕ ਆਫ ਇੰਡੀਪੈਂਡੈਂਸ ਕਿ ਸਾਡੇ ਕੋਲ ਕਿਸ ਚੀਜ਼ ਦੀ ਲੈਕ ਹੈ ਕਮੀ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ ਇੰਡੀਪੈਂਡੈਂਸ ਵੀ ਆਲ ਨੋ ਸਵਤੰਤਰਤਾ ਅਸੀਂ ਕਹਿੰਦੇ ਹਾਂ ਅਸੀਂ ਹਰ ਸਾਲ ਮਨਾਉਂਦੇ ਹਾਂ ਇੰਡੀਪੈਂਡੈਂਸ ਡੇ ਹਰ ਬੱਚਾ ਚਾਹੁੰਦਾ ਹੈ ਜਦੋਂ ਛੋਟਾ ਹੁੰਦਾ ਹੈ ਤੁਸੀਂ ਵੀ ਸੋਚਦੇ ਹੋਵੋਗੇ ਭਈ ਮਾਂ ਬਾਪ ਔਰ ਟੀਚਰ ਤਾਂ ਬਹੁਤ ਡਾਂਟਦੇ ਆ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਅਸੀਂ ਆਜ਼ਾਦ ਨਹੀਂ ਹੋ ਸਕਦੇ ਦੇਖੋ ਫਿਰ ਤੁਸੀਂ ਖੁਦ ਦੇਖੋ ਗਾਂਧੀ ਜੀ ਇਹ ਮੈਸੇਜ ਦੇ ਰਹੇ ਹਨ ਕਿ ਆਜ਼ਾਦ ਹੋ ਕੇ ਬੱਚੇ ਕਿਸ ਤਰ੍ਹਾਂ ਦੇ ਕੰਮ ਕਰਦੇ ਹਨ ਸੋ ਫਿਰ ਉਹਨਾਂ ਨੇ ਸੋਚਿਆ ਕਿ ਮੈਂ ਅਸੀਂ ਕਿਉਂ ਨਾ ਆਜ਼ਾਦੀ ਦੇ ਬਿਨਾਂ ਹੀ ਰਹਿ ਲਈਏ ਆਪਣੇ ਆਪ ਨੂੰ ਮਾਰਨ ਤੋਂ ਅੱਛਾ ਸੋਚਦੇ ਸੋਚਦੇ ਵੀ ਦੇ ਸਵੋਲੋਡ ਟੂ ਔਰ ਥ੍ਰੀ ਸੀਡਸ ਨੈਵਰਦਲੈਸ ਫੇਰ ਵੀ ਨੈਵਰਦਲੈਸ ਇਜ਼ ਫੇਰ ਵੀ ਸੋਚਦੇ ਸੋਚਦਿਆਂ ਨੇ ਹੀ ਉਹਨਾਂ ਨੇ ਦੋ ਤਿੰਨ ਸੀਡਸ ਧਤੂਰੇ ਦੇ ਬਿਨਾਂ ਚਿਊ ਕੀਤੇ ਨਿਕਲ ਲਏ ਹੁਣ ਦੋ ਤਿੰਨ ਸੀਡਸ ਨਾਲ ਕੀ ਹੋਣਾ ਸੀ ਵੀ ਡੈਡ ਨੋਟ ਟੇਕ ਮੋਰ ਬੋਥ ਆਫ ਅਸ ਡਿਡ ਨੋਟ ਲਾਈਕ ਟੂ ਡਾਏ ਐਂਡ ਡਿਸਾਈਡਡ ਟੂ ਗੋ ਟੂ ਰਾਮਜੀ ਮੰਦਿਰ ਟੂ ਕਾਮ ਆਰ ਸੈਲਵਸ ਐਂਡ ਟੂ ਡਿਸਮਿਸ ਦ ਥੋਟ ਆਫ ਸੁਸਾਈਡ ਵੀ ਡੇਅਰ ਨੋਟ ਟੇਕ ਮੋਰ ਡੇਅਰ ਹੁੰਦਾ ਬੱਚੋ ਸੀ ਦਿਸ ਦਿਸ ਇਜ਼ ਅ ਪਿਕਚਰ ਆਫ ਅ ਮੈਨ ਪੈਰਾਸੇਲਿੰਗ ਵਾਟ ਇਜ਼ ਪੈਰਾਸੇਲਿੰਗ ਵੈਨ ਯੂ ਆਰ ਟਾਈਡ ਟੂ ਅ ਸ਼ਿਪ ਐਂਡ ਯੂ ਸੇਲ ਇਨ ਅ ਬਿਗ ਵਾਸਟ ਸੀ ਐਂਡ ਯੂ ਵਾਟ ਯੂ ਨੀਡ ਟੂ ਹੈਵ ਫੋਰ ਦੈਟ ਕਰੇਜ ਡੇਅਰ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਤੁਹਾਨੂੰ ਅਗਰ ਪਿਕਚਰ ਯਾਦ ਹੋਏ ਅਸੀਂ ਮਾਊਂਟੇਨ ਤੋਂ ਕੁੱਦਦੇ ਹੋਏ ਇਨਸਾਨ ਦੀ ਪਿਕਚਰ ਲਾਈ ਸੀ ਸੋ ਡੇਅਰ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਕਿਸੇ ਚੀਜ਼ ਦਾ ਹੌਸਲਾ ਹੋਣਾ ਐਡਵੈਂਚਰ ਲਈ ਕੀ ਚਾਹੀਦਾ ਹੁੰਦਾ ਡੇਅਰ ਐਂਡ ਵਾਟ ਇਜ਼ ਕਾਮ ਪੀਸਫੁਲ ਸ਼ਾਂਤੀ ਨੋ ਡਿਸਟਰਬੈਂਸ ਹੁਣ ਇੱਥੇ ਕਿਉਂ ਯੂਜ਼ ਹੋਇਆ ਵੀ ਡੇਅਰ ਨੋਟ ਟੇਕ ਮੋਰ ਸਾਡਾ ਹੌਸਲਾ ਨਹੀਂ ਹੋਇਆ ਸਾਡੇ ਕੋਲ ਕਰੇਜ ਨਹੀਂ ਆਇਆ ਕਿ ਅਸੀਂ ਦੋ ਤਿੰਨ ਸੀਡਸ ਤੋਂ ਇਲਾਵਾ ਕੁਛ ਖਾ ਸਕੀਏ ਐਂਡ ਹੁਣ ਸਾਨੂੰ ਜਦੋਂ ਮੌਤ ਇੰਨੀ ਨਜ਼ਦੀਕ ਲੱਗ ਰਹੀ ਸੀ ਕਿ ਸਾਨੂੰ ਲੱਗ ਰਿਹਾ ਸੀ ਸਾਡੇ ਹੱਥ 'ਚ ਹੀ ਹੈ ਅਸੀਂ ਮਰਨਾ ਨਹੀਂ ਸੀ ਚਾਹ ਰਹੇ ਐਂਡ ਅਸੀਂ ਕਿੰਨਾ ਅੱਛਾ ਨਿਰਣਾ ਲਿਆ ਕਿ ਅਸੀਂ ਰਾਮਜੀ ਮੰਦਿਰ ਚਲੇ ਗਏ ਤਾਂ ਕਿ ਅਸੀਂ ਆਪਣੇ ਆਪ ਨੂੰ ਕਾਮ ਕਰ ਸਕੀਏ ਇਸ ਤਰ੍ਹਾਂ ਕੰਮ ਕਰ ਸਕੀਏ ਜਿਵੇਂ ਸਮੁੰਦਰ ਦੀਆਂ ਲਹਿਰਾਂ ਵੀ ਸ਼ਾਂਤ ਹਨ ਬਹੁਤ ਜ਼ਿਆਦਾ ਪੀਸ ਹੈ ਸੋ ਵੈਨ ਐਵਰ ਦ ਮਾਇੰਡ ਇਜ਼ ਸੋ ਡਿਸਟਰਬਡ ਆਲਵੇਜ਼ ਟਰਾਈ ਟੂ ਕਾਮ ਇਟ ਟੂ ਬਰਿੰਗ ਪੀਸ ਟੂ ਇਟ ਐਂਡ ਵੀ ਡਿਸਮਿਸਡ ਦ ਥੋਟ ਆਫ ਸੁਸਾਈਡ ਡਿਸਮਿਸ ਹੁੰਦਾ ਬੇਟੇ ਉਸਨੂੰ ਖਾਰਜ ਕਰ ਦੇਣਾ ਖਤਮ ਕਰ ਦੇਣਾ ਸਿਰੇ ਤੋਂ ਹੀ ਮੁਕਾ ਦੇਣਾ ਕਹਿੰਦੇ ਨਾ ਉਹ ਜੋਬ ਤੋਂ ਡਿਸਮਿਸ ਹੋ ਗਿਆ ਦੈਟ ਮੀਨਸ ਹੀ ਵਾਜ਼ ਸ਼ੰਟਡ ਆਊਟ ਰਾਈਟ ਸੋ ਗਾਂਧੀ ਜੀ ਐਂਡ ਹਿਜ਼ ਰਿਲੇਟਿਵ ਦੇ ਡਿਸਮਿਸਡ ਦ ਥੋਟ ਆਫ ਸੁਸਾਈਡ ਉਹਨਾਂ ਨੇ ਸੁਸਾਈਡ ਦਾ ਥੋਟ ਹੀ ਖਤਮ ਕਰ ਦਿੱਤਾ ਕਿਉਂਕਿ ਹੌਸਲਾ ਨਹੀਂ ਹੋ ਰਿਹਾ ਆਈ ਰਿਅਲਾਈਜ਼ਡ ਦੈਟ ਇਟ ਵਾਜ਼ ਨੋਟ ਈਜ਼ੀ ਟੂ ਕਮਿਟ ਸੁਸਾਈਡ ਦ ਥੋਟ ਆਫ ਸੁਸਾਈਡ ਅਲਟੀਮੇਟਲੀ ਰਿਜ਼ਲਟਡ ਇਨ ਬੋਥ ਆਫ ਅਸ bidding goodbye to the habit of smoking and of stealing the servant's coppers for the purpose. So what is commit? Is same hi picture lagai hai jehdi piche appa lagai si commit te kise cheez nu karna especially crime
ਸੁਸਾਈਡ ਵੀ ਤੁਹਾਨੂੰ ਪਤਾ ਇੱਕ ਕ੍ਰਾਈਮ ਹੈ, ਜੁਰਮ ਹੈ, ਜੇ ਬੰਦਾ ਬਚ ਜਾਂਦਾ ਤਾਂ ਸਿੱਧਾ ਜੇਲ੍ਹ ਜਾਂਦਾ। ਸੋ ਅਸੀਂ ਕੀ ਰਿਅਲਾਈਜ਼ ਕੀਤਾ, ਅਸੀਂ ਇਹ ਮਹਿਸੂਸ ਕੀਤਾ ਕਿ ਸੁਇਸਾਈਡ ਕਮਿਟ ਕਰਨਾ ਬਹੁਤ ਮੁਸ਼ਕਿਲ ਸੀ। ਦ ਥੋਟ ਆਫ ਸੁਇਸਾਈਡ ਅਲਟੀਮੇਟਲੀ ਰਿਜ਼ਲਟਡ ਇਨ ਬੋਥ ਆਫ ਅਸ ਬਿਡਿੰਗ ਗੁੱਡ ਬਾਏ। ਉਸ ਥੋਟ ਨਾਲ ਜਦੋਂ ਅਸੀਂ ਆਪਣੀ ਮੌਤ ਨੂੰ ਇੰਨਾ ਨਜ਼ਦੀਕ ਦੇਖਿਆ, ਅਸੀਂ ਕੀ ਅਲਟੀਮੇਟਲੀ ਸੋਚਿਆ, ਹਾਰ ਕੇ ਅਖੀਰ ਵਿੱਚ ਅਲਟੀਮੇਟਲੀ ਇਜ਼ ਐਟ ਦੀ ਐਂਡ ਦੈਟ ਵੀ ਵਿਲ ਬਿਡ ਗੁੱਡ ਬਾਏ ਟੂ ਸਮੋਕਿੰਗ। ਕਿ ਇਸ ਤੋਂ ਅੱਛਾ ਕਿ ਅਸੀਂ ਆਪਣੀ ਜਾਨ ਲਈਏ, ਇਸ ਤੋਂ ਅੱਛਾ ਕਿ ਅਸੀਂ ਸੁਸਾਈਡ ਸੋਚੀਏ, ਇਸ ਤੋਂ ਅੱਛਾ ਕਿ ਅਸੀਂ ਚੋਰੀ ਕਰੀਏ, ਕਿਉਂ ਨਾ ਅਸੀਂ ਆਪਣੇ ਦਿਮਾਗ ਨੂੰ ਸਿੱਧੇ ਰਸਤੇ ਲਗਾ ਕੇ ਉਹੀ ਚੀਜ਼ ਛੱਡ ਦਈਏ ਜਿੱਥੋਂ ਪੰਗਾ ਪਿਆ। ਐਂਡ ਦੈਟ ਇਜ਼ ਵੋਟ, ਦੈਟ ਇਜ਼ ਹੈਬਿਟ ਆਫ ਸਮੋਕਿੰਗ। ਸੋ ਦੈਟ ਵਾਜ਼ ਵੈਲ ਥੋਟ, ਵੈਰੀ ਵੈਲ ਥੋਟ। ਦੈਟ ਮੀਨਸ ਗਾਂਧੀ ਜੀ ਐਂਡ ਹਿਜ਼ ਰਿਲੇਟਿਵ ਕੁਡ ਨਾਟ ਕਿਲ ਦੈਮਸੈਲਵਸ, ਦੈਟਸ ਵਾਈ ਦੇ ਥੋਟ that they would not kill themselves and rather they would leave the habit of smoking. Aur smoking nahi karni ta ki hor khatam ho jayega, stealing, chori khatam ho jayegi, kyunki coppers nahi chahide honge, hai na? So dekho ek cheez kinni galat cheezan nu janam dindi hai. Ever since I have grown up, I have never desired to smoke and have always regarded the habit of smoking as barbarous, dirty and harmful. So Gandhi ji ne examples apni autobiography ise layi include kiti so that we know what is the difference between right and wrong. And he said, jado de main grow up kita ha, I mean from my childhood to my adulthood, since the time I have grown, I have never desired to smoke. Desire hunda hai when you feel that you have a lack and you desire more. Kisi cheez di bahut want hona, ichha hona, that is desire. And kyunki desire nahi ho rahi si unna nu smoke karan di, oh kehnde us to baad mainu kadi ichha bhi nahi hui. Aur rather main ki sochna shuru kar ditta ki smoking ta bahut barbarous hai. ਬਾਰਬਰਸ ਹੁੰਦਾ ਜਾਹਿਲ, ਬਿਲਕੁਲ ਗਲਤ, ਅਨਸਿਵਿਲ, ਨੋਟ ਪਿਓਰ। ਵੈਨ ਯੂ ਐਕਟ ਲਾਈਕ ਐਨੀਮਲਸ, ਵੈਨ ਯੂ ਹੈਵ ਨੋ ਰੀਜ਼ਨਿੰਗ, ਜਦੋਂ ਤੁਸੀਂ ਅੱਛਾ ਬੜਾ ਬੁਰਾ ਨਹੀਂ ਸੋਚ ਪਾਉਂਦੇ। ਸੋ ਉਹਨਾਂ ਨੂੰ ਇਹ ਲੱਗਣ ਲੱਗੇ ਤਾਂ ਜਾਹਿਲਾਂ ਦਾ ਕੰਮ ਹੈ, ਪੜ੍ਹਿਆ ਲਿਖਿਆ ਆਦਮੀ ਸਮੋਕ ਕਰ ਹੀ ਨਹੀਂ ਸਕਦਾ। ਡਰਟੀ ਵੀ ਆਲ ਨੋ, ਹਾਰਮਫੁਲ ਵੀ ਆਲ ਨੋ, ਹੈ ਨਾ, ਬਹੁਤ ਨੁਕਸਾਨ ਤਾਂ ਇਹ ਕਰਦੀ ਹੀ ਹੈ। So I have understood why there is such a desire of smoking throughout the world. Khud experience karke mainu mehsoos hoya ki main bahut zyada galat kaam kar reha si aur log vi is tarah de kaam kyon karde han. Bacche kivein shuru karde han apni company ch, kyon shuru karde han, unhan nu lagda hai eda bahut achhi cheez hai, muh chon dhuan kaddange, apne aap nu down feel karde han. So eh sariyan feelings jehdiyan han oh Gandhi ji is about is telling us. I cannot bear to travel in a compartment full of people smoking and I become choked. What is the meaning of choked? This is the meaning of choked. Whenever there is lot of smoke and you cannot breathe, that is choked. So Gandhi ji de vich dekho kinna transformation aa gaya. ਜੇ ਉਹ ਉਸੇ ਤਰ੍ਹਾਂ ਕਰਦੇ ਰਹਿੰਦੇ, ਉਸੇ ਰਸਤੇ 'ਤੇ ਚੱਲਦੇ ਰਹਿੰਦੇ ਤਾਂ ਅੱਜ ਉਹ ਮਹਾਤਮਾ ਨਹੀਂ ਹੁੰਦੇ, ਕਿਉਂਕਿ ਉਹਨਾਂ ਨੇ ਆਪਣੀ ਥੋਟ ਚੇਂਜ ਕੀਤੀ ਤਾਂ ਉਹਨਾਂ ਦੀ ਲਾਈਫ ਚੇਂਜ ਹੋ ਗਈ, ਰਾਈਟ? ਸੋ ਹੀ ਸੇਜ਼ ਕਿ ਹੁਣ ਤਾਂ ਮੈਂ ਕਿਸੇ ਕੰਪਾਰਟਮੈਂਟ ਵਿੱਚ ਟਰੈਵਲ ਹੀ ਨਹੀਂ ਕਰ ਸਕਦਾ ਜਿੱਥੇ ਲੋਕ ਸਮੋਕ ਕਰ ਰਹੇ ਹੋਣ। ਮੈਨੂੰ ਕੀ ਹੋ ਜਾਂਦਾ? ਆਈ ਫੀਲ ਦਿਸ, ਬਟ ਮੋਰ ਸੀਰੀਅਸ ਦੈਨ ਦਿਸ ਥੈਫਟ ਵਾਜ ਦ ਵਨ ਆਈ ਵਾਜ਼ ਗਿਲਟੀ ਆਫ ਅ ਲਿਟਲ ਲੇਟਰ। So there is another incident which Gandhi ji is quoting in this chapter. He says, smoking ta meri chhut gayi, lekin is to vi zyada main ek serious crime kita. Hun assi sochange je ik chhadta si dusra kyon kita, but bachpan da man bahut chanchal hunda hai. Similarly Gandhi ji says ki after he left smoking he committed a serious crime and that was theft. Unhone chori kiti.
और उस समय तो पता नहीं लग गया, लेकिन बाद उन्होंने बहुत गिल्ट होया। गिल्ट पता की होंगे बच्चे, वैन यू फील लाइक दिस, वैन यू फील यू हैव डन समथिंग रोंग एंड यू फील गिल्टी, तुहानू किसी ने कुछ नहीं किया लेकिन तुहाडे अंदरों तुहाडी आत्मा ने तुहानू किया, एंड दैट इज कॉल्ड गिल्ट। ही स्टोल द कॉपर्स व्हेन आई स्टोल द कॉपर्स व्हेन आई वॉज 12 or 13, पॉसिबली लैस। सो गांधी जी कह रहे जदों मैं चोरी की शायद मैं 12 या 13 साल का होवांगा या उस तो भी घट, लेकिन जेड़ी मैं दूसरी चोरी की द अदर थेफ्ट इट वॉज कमिटेड वैन आई वॉज 15। सो एक साल बाद मैं फिर एक क्राइम किया। इन दिस केस आई स्टोल अ बिट ऑफ कोल आउट ऑफ माई मीट ईटिंग ब्रदर्स आमलेट। सो वॉट इज एन आमलेट, कैन यू आइडेंटिफाई समथिंग लाइक दिस? इट मे नॉट बी द एग्जैक्ट, बच्चों इदा ना सोचना कि यही आमलेट होएगा। आई एम जस्ट ट्राइंग टू टैल यू कि आमलेट की हुंदा, तवीज टाइप जिहड़ा असी बन देंदे हां छोटे बच्चों के, गोल का भी पा देंदे है। आम दे उत्ते बनन वाला कोई भी ऑर्नामेंट आमलेट कहलांदा है। सो वॉट इज गांधी जी सेइंग दैट आई कमिटेड अनदर थेफ्ट वैन आई वॉज 15, दैट मीन्स पॉसिबली आफ्टर 1 or 2 years, एंड वॉट ही डिड ही स्टोल अ बिट ऑफ गोल्ड। स्टील द सेकेंड फॉर्म स्टोल, उन्होंने की चुरा लिया थोड़ा जा गोल्ड। कितों चुराया? मेरे एक मीट खान वाले ब्रदर दी आमलेट तो। हुने मीट ईटिंग ब्रदर दा मेरे हिसाब नाल इंटरप्रिटेशन ए है कि क्योंकि वो ब्रदर बहुत ज़्यादा पहले ही कर्जे च सी, बहुत गलत आदतां च पिया होया सी, तो लग्या उसे तो चोरी कर लेंदे आ, वो केड़ा कोई महात्मा है। बट गांधी जी इज ऑल्सो ट्राइंग टू टैल दैट हिज ब्रदर यूज टू ईट मीट एंड ही नैवर यूज टू टेक। सो उहदी आमलेट तो गोल चुरा लिया। And this brother had run into a debt of about 20 rupees. Oda brother already karze ch si. Aur kinna karza si? 20 rupees. Tuhanu lag raha hoega bas 20 rupees. Students, 20 rupees in those times were in thousands. They had such a big value. So, Gandhi ji ne socha, kyun na main apna kam bhi saar la. Main omelette to paise chura la. And मैं अपने ब्रदर का भी अच्छा कर दा। वाई डिड गांधी जी डिसमिस द आइडिया ऑफ कमिटिंग सुइसाइड एंड वैन डिड गांधी जी कमिट द अदर थेफ्ट? ये छोटे छोटे दो क्वेश्चंस मैं विच इसलिए पाए हैं सो दैट यू अटेंड टू व्हाट आई एम सेइंग। गांधी जी ने आइडिया कमिट क्यों छोड़ दिता सुसाइड कमिट करन दा? बिकॉज इट वॉज वेरी डिफिकल्ट टू सुइसाइड। और यू कैन ऑलवेज राइट फ्रॉम हियर, it was not easy to commit suicide. Is to tusi eh vi likh sakde ho, we could not dare to suicide, ke hausla nahi hoya. Theek hai? When did Gandhi ji commit the other theft? Unhone dusri chori kadon kiti? When he was 15. So very simple answers. If you are reading the text very attentively and listening to what your teacher or I have to say, it becomes very easy to answer the questions. He had on his arm an armlet of solid gold. So, una de brother di arm te ki si? Solid gold da armlet si. Es tarah da kuch. And it was not difficult to clip a bit out of it. Aur us armlet to bilkul ve mushkil nahi si ki main thoda ja gold clip kar la, yani ki tod la, yani ki chura la. Well, it was done. मैं चुरा लिया and the debt cleared. So Gandhi ji ने काम क्यों किया मैं जान के last slide च नहीं दसिया, because वो चाहते सी कि उन्होंने brother का कर्जा चला जाए जो कि बहुत according to him बुरी आदतों का शिकार सी। So Gandhi ji ने वो पैसे चुरा के एक उसका debt यानी कि कर्जा, असी कर्जा पढ़िया सी इत्थे, शायद we missed it. Debt is when you have this much amount to pay to somebody. So, kinna acha significance dekho ida aa reha hai ke unhone jadon assi karza lende ha to is tarah sade piche chalda hai aur sadiyan chotiyan chotiyan zaruratan de samne
ਉਹ ਕਿੰਨਾ ਵੱਡਾ ਹੋ ਜਾਂਦਾ ਹੈ। ਸੋ ਡੈਟ ਇਜ਼ ਕਰਜ਼ਾ। ਸੋ ਗਾਂਧੀ ਜੀ ਨੇ ਕੀ ਕੀਤਾ, ਉਹ ਪੈਸੇ ਜਿਹੜੇ ਚੁਰਾਏ ਸੀ ਗੋਲਡ ਤੋਂ ਲੈ ਕੇ, ਉਸ ਦੇ ਨਾਲ ਆਪਣੇ ਬ੍ਰਦਰ ਦਾ ਕਰਜ਼ਾ ਕਲੀਅਰ ਕਰਤਾ। ਬਟ ਦਿਸ ਬਿਕੇਮ ਮੋਰ ਦੈਨ ਆਈ ਕੁੱਡ ਬੇਅਰ ਐਂਡ ਆਈ ਰਿਜ਼ੋਲਵਡ ਟੂ ਨੈਵਰ ਸਟੀਲ ਇਟ ਅਗੇਨ। ਪਰ ਮੈਂ ਇਸ ਤੋਂ ਜ਼ਿਆਦਾ ਹੋਰ ਸਹਿ ਨਹੀਂ ਪਾਇਆ ਔਰ ਮੈਂ ਇਹ ਰਿਜ਼ੋਲਵ ਕੀਤਾ, ਯਾਨੀ ਕਿ ਮੈਂ ਪ੍ਰਣ ਲਿਆ ਕਿ ਮੈਂ ਦੁਬਾਰਾ ਚੋਰੀ ਨਹੀਂ ਕਰਾਂਗਾ। ਆਈ ਆਲਸੋ ਮੇਡ ਅਪ ਮਾਈ ਮਾਈਂਡ ਟੂ ਕਨਫੈਸ ਇਟ ਟੂ ਮਾਈ ਫਾਦਰ। ਮੈਂ ਮਾਈਂਡ ਵੀ ਬਣਾਇਆ ਕਿ ਮੈਂ ਆਪਣੇ ਫਾਦਰ ਨੂੰ ਕਨਫੈਸ ਕਰ ਲਾਂਗਾ। ਕਨਫੈਸ ਦਾ ਮਤਲਬ ਹੁੰਦਾ ਹੈ ਬੱਚਿਓ ਕਬੂਲ ਕਰਨਾ, ਔਰ ਇਸੇ ਤੋਂ ਸਾਡੇ ਚੈਪਟਰ ਦਾ ਟਾਈਟਲ ਵੀ ਤੁਸੀਂ ਦੇਖ ਲਿਆ ਹੋਏਗਾ। ਜਦੋਂ ਕਦੀ ਵੀ ਅਸੀਂ ਕੋਈ ਗਲਤੀ ਕਰਦੇ ਹਾਂ ਔਰ ਉਸਨੂੰ ਕਨਫੈਸ ਕਰ ਲੈਂਦੇ ਹਾਂ ਤਾਂ ਉਹਦਾ ਬੋਝ ਘੱਟ ਜਾਂਦਾ ਹੈ। ਸੋ ਗਾਂਧੀ ਜੀ ਨੇ ਕਿਹਾ ਕਿ ਮੈਂ ਇਸ ਜੁਰਮ ਨੂੰ ਕਬੂਲ ਕਰਾਂਗਾ, ਬਟ ਆਈ ਡਿਡ ਨੋਟ ਡੇਅਰ ਟੂ ਸਪੀਕ। ਡੇਅਰ ਦੇਖੋ ਫਿਰ ਆ ਗਿਆ, ਪਰ ਮੇਰਾ ਹੌਸਲਾ ਨਹੀਂ ਸੀ ਹੋ ਰਿਹਾ ਕਿ ਮੈਂ ਬੋਲਾਂ। ਨੋਟ ਦੈਟ ਆਈ ਵਾਜ਼ ਅਫਰੇਡ ਆਫ ਮਾਈ ਫਾਦਰ ਬੀਟਿੰਗ ਮੀ, ਨੋ, ਆਈ ਡੂ ਨੋਟ ਰਿਕਾਲ ਹਿਜ਼ ਐਵਰ ਹੈਵਿੰਗ ਬੀਟਨ ਐਨੀ ਆਫ ਅਸ। ਹੁਣ ਮੈਂ ਆਪਣੇ ਫਾਦਰ ਨੂੰ, ਜਾਂ ਇਹ ਪਿਕਚਰ ਹੈਗੀ ਬੇਟੇ ਚਰਚ ਦੇ ਕਨਫੈਸ਼ਨ ਦੀ, ਯੂ ਨੋ ਕ੍ਰਿਸਚਨਸ ਵਾਟ ਦੇ ਡੂ, ਕੋਈ ਵੀ ਗਲਤੀ ਹੁੰਦੀ ਆ ਉਹ ਜਾ ਕੇ ਗੋਡ ਨੂੰ ਕਨਫੈਸ ਕਰਦੇ ਹਨ। ਹੁਣ ਮੈਂ ਆਪਣੇ ਫਾਦਰ ਨੂੰ ਕਹਿ ਨਹੀਂ ਸੀ ਪਾ ਰਿਹਾ, ਇਹ ਨਹੀਂ ਕਿ ਮੇਰੇ ਫਾਦਰ ਮੈਨੂੰ ਬੀਟ ਕਰਨਗੇ, ਲੇਕਿਨ ਮੈਨੂੰ ਯਾਦ ਵੀ ਨਹੀਂ ਆਉਂਦਾ ਕਿ ਉਹਨਾਂ ਨੇ ਕਦੀ ਸਾਨੂੰ ਮਾਰਿਆ ਵੀ ਹੋਏਗਾ। ਔਰ ਦੇਖੋ ਕਿੰਨੀ ਅੱਛੀ ਫੀਲਿੰਗ ਹੈ ਗਾਂਧੀ ਜੀ ਦੀ, ਆਈ ਵਾਜ਼ ਅਫਰੇਡ ਆਫ ਦਾ ਪੇਨ ਦੈਟ ਆਈ ਸ਼ੁੱਡ ਕੋਜ਼ ਹਿਮ। ਮੈਨੂੰ ਇਸ ਚੀਜ਼ ਦਾ ਡਰ ਸੀ ਕਿ ਉਹ ਮੇਰੀ ਇਹਨਾਂ ਗੱਲਾਂ ਤੋਂ ਕਿੰਨੇ ਹਰਟ ਹੋਣਗੇ। ਸੋ ਵਾਟ ਇਜ਼ ਅਫਰੇਡ, ਵੈਨ ਯੂ ਆਰ ਫੀਅਰਫੁੱਲ, ਤੁਹਾਨੂੰ ਬਹੁਤ ਡਰ ਲੱਗਦਾ ਹੈ। ਇਟ ਕੁੱਡ ਬੀ ਸਮਥਿੰਗ ਵੈਰੀ ਫਿਜ਼ੀਕਲ ਲਾਈਕ ਦਿਸ ਐਂਡ ਇਟ ਕੁੱਡ ਬੀ ਸਮਥਿੰਗ ਵੈਰੀ ਮੈਂਟਲ, ਜਦੋਂ ਤੁਸੀਂ ਚੋਰੀ ਕਰਦੇ ਹੋ, ਝੂਠ ਬੋਲਦੇ ਹੋ। ਸੋ ਦੈਟ ਇਜ਼ ਆਲਸੋ ਅ ਕਾਇੰਡ ਆਫ ਅ ਫੀਅਰ ਇਨ ਯੋਰ ਮਾਇੰਡ ਵੈਨ ਯੂ ਆਰ ਆਸਕਡ ਕਿ ਮੈਂ ਫੜਿਆ ਨਾ ਜਾਵਾਂ। ਐਂਡ ਵਾਟ ਇਜ਼ ਬੀਟ, ਕਿਸੇ ਨੂੰ ਮਾਰਨਾ, ਪਨਿਸ਼ ਕਰਨਾ। ਸੋ ਇਹਨਾਂ ਨੂੰ ਭੁੱਲਣਾ ਨਾ, ਕਿੰਨੀਆਂ ਪਿਆਰੀਆਂ ਪਿਕਚਰਸ ਨੇ। ਵੈਨ ਐਵਰ ਯੂ ਆਰ ਰਿਮਾਈਂਡਡ ਆਫ ਦੀਜ਼ ਟੂ ਮੀਨਿੰਗਸ, ਰਿਮੈਂਬਰ ਦੀਜ਼ ਪਿਕਚਰਸ। ਸੋ ਬੀਟ ਕਰਨਾ ਹੁੰਦਾ ਕਿਸੇ ਨੂੰ ਵੀ ਮਾਰਨਾ। ਬਟ ਆਈ ਫੈਲ ਦ ਰਿਸਕ ਸ਼ੁੱਡ ਬੀ ਟੇਕਨ ਦੈਟ ਦੇਅਰ ਕੁੱਡ ਬੀ ਨੋ ਕਲੈਂਜ਼ਿੰਗ ਵਿਦਆਊਟ ਅ ਕਨਫੈਸ਼ਨ। ਫਿਰ ਗਾਂਧੀ ਜੀ ਕਹਿੰਦੇ ਮੈਨੂੰ ਮਹਿਸੂਸ ਹੋਇਆ ਕਿ ਰਿਸਕ ਤਾਂ ਲੈਣਾ ਹੀ ਪਏਗਾ। ਰਿਸਕ ਹੁੰਦਾ ਬੱਚੋ ਜਦੋਂ ਅਸੀਂ ਕਹਿੰਦੇ ਹਾਂ ਕਿ ਚੀਜ਼ ਗਲਤ ਵੀ ਹੋ ਸਕਦੀ ਹੈ, ਚੀਜ਼ ਸਹੀ ਵੀ ਹੋ ਸਕਦੀ ਹੈ, ਬਟ ਕਰਨਾ ਤਾਂ ਪਏਗਾ ਹੀ। ਐਂਡ ਦੇਅਰ ਕੁੱਡ ਬੀ ਨੋ ਕਲੈਂਜ਼ਿੰਗ ਵਿਦਆਊਟ ਅ ਕਲੀਨ ਕਨਫੈਸ਼ਨ। ਔਰ ਬਿਨਾਂ ਉਸ ਜੁਰਮ ਨੂੰ ਕਬੂਲੇ ਮੇਰੀ ਆਤਮਾ ਕਲੈਂਜ਼ਿੰਗ ਚੋਂ ਨਹੀਂ ਗੁਜ਼ਰ ਸਕਦੀ। ਸੋ ਵਾਟ ਇਜ਼ ਕਲੈਂਜ਼ਿੰਗ, ਵੈਨ ਯੂ ਕਲੀਨ ਸਮਥਿੰਗ। ਕੈਨ ਯੂ ਸੀ ਅ ਮੈਨ ਵਿਦ ਅ ਸਕ੍ਰਬਰ ਐਂਡ ਅ ਹਾਊਸ ਐਂਡ ਦਿਸ ਇਜ਼ ਦਾ ਕਲੈਂਜ਼ਿੰਗ, ਇਹ ਸਾਫ਼ ਹੋ ਰਿਹਾ ਐਂਡ ਦਿਸ ਇਜ਼ ਦਾ ਡਰਟੀ ਪਾਰਟ। ਦੇਅਰ ਇਜ਼ ਅ ਕਲੈਂਜ਼ਿੰਗ ਕਰੀਮ ਆਲਸੋ ਵਿਚ ਯੂ ਮਸਟ ਹੈਵ ਹਰਡ ਆਫ ਇਟ। ਸੋ ਹੁਣ ਆਤਮਾ ਦੀ ਕਲੈਂਜ਼ਿੰਗ ਲਈ ਕੀ ਹੁੰਦਾ ਹੈ? ਕਨਫੈਸ਼ਨ। ਜਦੋਂ ਅਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਗਲਤੀ ਕਰਨ ਤੋਂ ਬਾਅਦ ਅਸੀਂ ਦੱਸ ਦੇਈਏ ਕਿ ਅਸੀਂ ਇਹ ਕੰਮ ਕੀਤਾ ਹੈ, ਜਾਂ ਗੋਡ ਨੂੰ ਅਸੀਂ ਖੁਦ ਕਨਫੈਸ ਕਰ ਲਈਏ ਕਿ ਅਸੀਂ ਗਲਤ ਹਾਂ, ਯੂ ਨੋ, ਉਹਦੇ ਨਾਲ ਕੀ ਹੁੰਦਾ? ਇਹ ਨਹੀਂ ਹੁੰਦਾ ਸਾਡਾ ਜੁਰਮ ਮਾਫ਼ ਹੋ ਜਾਂਦਾ ਹੈ, ਉਹਦੇ ਨਾਲ ਇਹ ਹੁੰਦਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਗਲਤ ਰਸਤੇ 'ਤੇ ਹਾਂ। ਐਂਡ ਦੈਨ ਬਿਗਿਨਸ ਆਰ ਇੰਪਰੂਵਮੈਂਟ। ਸੋ ਆਈ ਡਿਸਾਈਡਿਡ ਐਟ ਲਾਸਟ ਟੂ ਰਾਈਟ ਆਊਟ ਦਾ ਕਨਫੈਸ਼ਨ, ਟੂ ਸਬਮਿਟ ਇਟ ਟੂ ਮਾਈ ਫਾਦਰ ਐਂਡ ਆਸਕ ਫੋਰ ਹਿਜ਼ ਫੋਰਗਿਵਨੈਸ। ਸੋ ਮੈਂ ਆਪਣੇ ਫਾਦਰ ਤੋਂ ਪੁੱਛਿਆ ਫੋਰਗਿਵਨੈਸ, ਕਿ ਮੈਂ ਉਹ ਲਾਈਨਾਂ ਜਿਹੜੀਆਂ ਲਿਖ ਕੇ ਉਹਨਾਂ ਤੋਂ ਫੋਰਗਿਵਨੈਸ ਲੈ ਲਾਂ। ਦਿਸ ਇਜ਼ ਫੋਰਗਿਵਨੈਸ। ਸਬਮਿਟ ਹੁੰਦਾ ਕਿਸੇ ਚੀਜ਼ ਨੂੰ, ਸਬਮਿਟ ਕਰ ਦੇਣਾ, ਦੇ ਦੇਣਾ। ਸੋ ਮੈਂ ਸੋਚਿਆ ਕਿ ਮੈਂ ਆਪਣੇ ਫਾਦਰ ਤੋਂ ਹੁਣ ਮਾਫ਼ੀ ਮੰਗ ਹੀ ਲੈਂਦਾ ਹਾਂ। ਆਈ ਰੋਟ ਇਟ ਔਨ ਅ ਸਲਿਪ ਆਫ ਪੇਪਰ ਐਂਡ ਹੈਂਡਡ ਇਟ ਟੂ ਮਾਈ ਟੂ ਹਿਮ ਮਾਈ ਸੈਲਫ। ਮੈਂ ਆਪਣੀ ਉਹ ਸਾਰੀ ਗਲਤੀ ਪੇਪਰ 'ਤੇ ਲਿਖੀ ਔਰ ਉਹਨਾਂ ਨੂੰ ਦੇ ਦਿੱਤੀ। ਇਨ ਦਿਸ ਨੋਟ, ਨੋਟ ਓਨਲੀ ਡਿਡ ਆਈ ਕਨਫੈਸ ਮਾਈ ਗਿਲਟ, ਆਈ ਆਸਕਡ ਐਡੀਕੁਏਟ ਪਨਿਸ਼ਮੈਂਟ ਫੋਰ ਇਟ ਐਂਡ ਕਲੋਜ਼ਡ ਵਿਦ ਅ ਰਿਕੁਐਸਟ ਟੂ ਹਿਮ ਨੋਟ ਟੂ ਪਨਿਸ਼ ਹਿਮਸੈਲਫ ਫੋਰ ਮਾਈ ਓਫੈਂਸ। ਜਦੋਂ ਮੈਂ ਸਾਰਾ ਕੁਛ ਲਿਖ ਕੇ ਆਪਣੇ ਫਾਦਰ ਨੂੰ ਦੱਸਿਆ ਤਾਂ ਮੈਂ ਉਸ ਵਿੱਚ ਇਹ ਵੀ ਲਿਖਿਆ, ਨਾ ਸਿਰਫ ਮੈਂ ਆਪਣੇ ਗਿਲਟ ਨੂੰ ਕਨਫੈਸ ਕੀਤਾ, ਕਬੂਲ ਕੀਤਾ, ਮੈਂ ਉਹਨਾਂ ਨੂੰ ਕਿਹਾ ਕਿ ਉਹ ਮੈਨੂੰ ਬਣਦੀ ਹੋਈ ਐਡੀਕੁਏਟ, ਪੂਰੀ ਜਿੰਨੀ ਦੇ ਮੈਂ ਲਾਇਕ ਹਾਂ, ਉਨੀ ਪਨਿਸ਼ਮੈਂਟ ਦੇ ਦੇਣ।
ਐਂਡ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਉਹ ਪਲੀਜ਼ ਮੇਰੇ ਇਸ ਜੁਰਮ ਲਈ ਆਪਣੇ ਆਪ ਨੂੰ ਸਜ਼ਾ ਨਾ ਦੇਣ ਕਿ ਉਹ ਅੱਛੇ ਫਾਦਰ ਨਹੀਂ ਹਨ ਸੋ ਵਾਟ ਇਜ਼ ਦ ਮੀਨਿੰਗ ਆਫ ਐਡੀਕੁਏਟ ਵੈਨ ਯੂ ਹੈਵ ਇਨਫ ਦਿਸ ਇਜ਼ ਸਫੀਸ਼ੀਐਂਟ ਇਕੁਅਲ ਟੂ ਸੋ ਮੈਂ ਆਪਣੇ ਫਾਦਰ ਨੂੰ ਕਿਹਾ ਕਿ ਮੈਨੂੰ ਐਡੀਕੁਏਟ ਯਾਨੀ ਕਿ ਮੇਰੇ ਗੁਨਾਹ ਜਿੰਨੀ ਸਜ਼ਾ ਦੇ ਦਿਉ ਕਿਉਂਕਿ ਮੈਂ ਇਸ ਤਰ੍ਹਾਂ ਦਾ ਓਫੈਂਸ ਕੀਤਾ ਸੀ ਆਈ ਪਲੈਜਡ ਮਾਈ ਸੈਲਫ ਨੈਵਰ ਟੂ ਸਟੀਲ ਇਨ ਫਿਊਚਰ ਮੈਂ ਇਹ ਵੀ ਪਲੈਜ ਲਈ ਪਲੈਜ ਕੀ ਹੁੰਦਾ ਬੱਚਿਓ ਪ੍ਰੋਮਿਸ ਕਰਨਾ ਪਲੈਜ ਲੈਂਦੇ ਹਾਂ ਨਾ ਆਪਾਂ ਮੋਰਨਿੰਗ ਪ੍ਰੇਅਰ 'ਚ ਸੋ ਮੈਂ ਇਹ ਵੀ ਪਲੈਜ ਲਈ ਕਿ ਮੈਂ ਫਿਊਚਰ 'ਚ ਕਦੀ ਸਟੀਲ ਨਹੀਂ ਕਰਾਂਗਾ ਆਈ ਵਾਜ਼ ਟ੍ਰੈਂਬਲਿੰਗ ਟ੍ਰੈਂਬਲ ਹੁੰਦਾ ਹੈ ਸਰਦੀ ਨਾਲ ਟ੍ਰੈਂਬਲ ਕਰਨਾ ਗਿਲਟ ਨਾਲ ਟ੍ਰੈਂਬਲ ਕਰਨਾ ਟੈਂਸ਼ਨ 'ਚ ਟ੍ਰੈਂਬਲ ਕਰਨਾ ਯਾਨੀ ਕਿ ਸ਼ੇਕ ਕਰਨਾ ਸੋ ਮੈਂ ਸ਼ੇਕ ਕਰ ਰਿਹਾ ਸੀ ਜਦੋਂ ਮੈਂ ਉਹ ਲੈਟਰ ਜਿਹੜਾ ਆਪਣੇ ਫਾਦਰ ਨੂੰ ਦਿੱਤਾ ਹੀ ਵਾਜ਼ ਕਨਫਾਈਨਡ ਟੂ ਬੈੱਡ ਐਂਡ ਹਿਸ ਬੈੱਡ ਵਾਜ਼ ਅ ਪਲੇਨ ਵੁਡਨ ਪਲੈਂਕ ਉਹ ਬੈੱਡ ਰਿਡਨ ਸੀ ਯਾਨੀ ਕਿ ਬਿਮਾਰ ਸੀ ਔਰ ਉਹਨਾਂ ਦਾ ਬੈੱਡ ਬਹੁਤ ਹੀ ਜ਼ਿਆਦਾ ਸਿੰਪਲ ਲੱਕੜੀ ਦਾ ਬਣਿਆ ਹੋਇਆ ਸੀ ਉਹ ਕਨਫਾਈਨਡ ਸੀ ਕਨਫਾਈਨਡ ਹੁੰਦਾ ਬੱਚੋ ਕਿਸੇ ਚੀਜ਼ ਦੇ ਵਿੱਚ ਬੰਦ ਸੋ ਉਹ ਬੈੱਡ ਰਿਡਨ ਸੀ ਬਹੁਤਾ ਚੱਲ ਫਿਰ ਨਹੀਂ ਸੀ ਸਕਦੇ ਮੈਂ ਉਹਨਾਂ ਨੂੰ ਨੋਟ ਹੈਂਡ ਓਵਰ ਕੀਤਾ ਔਰ ਉਹਨਾਂ ਦੇ ਓਪੋਜ਼ਿਟ ਬੈਠ ਗਿਆ ਇਸ ਪਲੈਂਕ 'ਤੇ ਅਫਕੋਰਸ ਇਟ ਮਾਈਟ ਬੀ ਹੈਵਿੰਗ ਅ ਸਿੰਪਲ ਮੈਟਰਸ ਆਲਸੋ ਬਟ ਦਿਸ ਵਾਜ਼ ਅ ਵੈਰੀ ਕਾਇੰਡ ਆਫ ਅ ਸਿੰਪਲ ਬੈੱਡ ਹਿਸ ਫਾਦਰ ਮਾਈਟ ਬੀ ਹੈਵਿੰਗ ਦਿਸ ਇਜ਼ ਨੋਟ ਐਗਜੈਕਟ ਬਟ ਆਈ ਐਮ ਟਰਾਇੰਗ ਟੂ ਟੈਲ ਯੂ ਦੀਜ ਆਰ ਦਾ ਬੈੱਡਸ ਵਿਚ ਆਰ ਮੇਡ ਅਪ ਆਫ ਵੁਡਨ ਪਲੈਂਕਸ ਸੀ ਸੋ ਮੈਨੀ ਪਲੈਂਕਸ ਕੈਨ ਯੂ ਸੀ ਗ੍ਰੇਟ ਸੋ ਕੁਐਸਚਨਸ ਵੀਲ ਕਮ ਬੈਕ ਇਫ ਵੀ ਹੈਵ ਟਾਈਮ He read it through and tears trickled down his cheeks, wetting the paper. Oh, ਉਹਨਾਂ ਨੇ ਪੜ੍ਹਿਆ ਔਰ ਉਹਨਾਂ ਦੀ ਅੱਖਾਂ 'ਚੋਂ ਆਂਸੂ ਇਸ ਤਰ੍ਹਾਂ ਟ੍ਰਿਕਲ ਡਾਊਨ ਕੀਤੇ ਐਂਡ ਹੀ ਟੋ ਡਾਊਨ ਉਹਨਾਂ ਨੇ ਉਸ ਪੇਪਰ ਨੂੰ ਦੇਖੋ ਫਾੜ ਦਿੱਤਾ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ ਐਂਡ ਹੀ ਸੈਟ ਅਪ ਟੂ ਰੀਡ ਇਟ ਉਹ ਬੈਠ ਗਏ ਸੀ ਉਸਨੂੰ ਪੜ੍ਹਨ ਲਈ ਔਰ ਉਹਨਾਂ ਦੀ ਅੱਖਾਂ 'ਚੋਂ ਆਂਸੂ ਆ ਗਏ ਔਰ ਉਹ ਫਿਰ ਦੁਬਾਰਾ ਤੋਂ ਲੇਟ ਗਏ ਆਈ ਆਲਸੋ ਕਰਾਈਡ I could see father's agony. ਮੈਂ ਆਪਣੇ ਫਾਦਰ ਦਾ ਦੁੱਖ ਪੇਨ ਮਹਿਸੂਸ ਕਰ ਪਾ ਰਿਹਾ ਸੀ ਤਾਂ ਮੈਂ ਵੀ ਰੋ ਪਿਆ ਇਫ ਆਈ ਵਰ ਅ ਪੇਂਟਰ ਆਈ ਕੁਡ ਡਰੋ ਅ ਪਿਕਚਰ ਆਫ ਦਾ ਹੋਲ ਸੀਨ ਟੂਡੇ ਇਟ ਇਜ਼ ਸੋ ਵਿਵਿਡ ਇਨ ਮਾਈ ਮਾਇੰਡ ਵਿਵਿਡ ਇਜ਼ ਕਲੀਅਰ ਜੇ ਮੈਂ ਪੇਂਟਰ ਹੁੰਦਾ ਤਾਂ ਮੈਂ ਸ਼ਾਇਦ ਉਸਦੀ ਇੱਕ ਪਿਕਚਰ ਲੈ ਲੈਂਦਾ ਉਸ ਇੰਸੀਡੈਂਟ ਨੇ ਮੈਨੂੰ ਇੰਨਾ ਬਦਲਿਆ ਮੈਂ ਉਸ ਤੋਂ ਬਾਅਦ ਕਦੀ ਝੂਠ ਨਹੀਂ ਬੋਲਿਆ ਔਰ ਉਹ ਸੀਨ ਅੱਜ ਵੀ ਮੇਰੀ ਮੈਮਰੀ ਦੇ ਵਿੱਚ ਇਸੇ ਤਰ੍ਹਾਂ ਹੈ ਦੋਸ ਟੀਅਰਸ ਆਫ ਲਵ ਕਲੀਨਸ ਮਾਈ ਹਾਰਟ ਐਂਡ ਵਾਸ਼ਡ ਮਾਈ ਸਿਨਸ ਅਵੇ ਉਹਨਾਂ ਆਂਸੂਆਂ ਨੇ ਮੇਰੇ ਹਾਰਟ ਨੂੰ ਸਾਫ਼ ਕਰ ਦਿੱਤਾ ਅਤੇ ਮੇਰੇ ਸਾਰੇ ਗੁਨਾਹ ਧੋ ਦਿੱਤੇ ਓਨਲੀ ਹੀ ਹੂ ਨੋ ਹੂ ਹੈਜ਼ ਐਕਸਪੀਰੀਅੰਸ ਸੱਚ ਲਵ ਕੈਨ ਨੋ ਵਾਟ ਇਟ ਇਜ਼ ਜਿਸ ਨੇ ਮਹਿਸੂਸ ਕੀਤਾ ਹੋਇਆ ਇੰਨਾ ਪਿਆਰ ਸਿਰਫ ਉਹੀ ਦੱਸ ਸਕਦਾ ਹੈ ਕਿ ਇਹ ਪਿਆਰ ਦੀ ਕੀਮਤ ਕੀ ਹੈ ਸੋ ਸਿਨ ਅਗੇਨ ਇਜ਼ when you kill somebody when you make somebody hurt that is a sin jadon assi kise nu bachyo physically nahi balki mentally vi main nuksan pahunchande ha hurt karde ha oh vi ek sin hai this sort of forgiveness was not natural to my father mere father li eh gallan natural nahi si main soch reha si oh angry honge and mainu hard things kahenge apna matha phodange but he was so peaceful unanne mere is patter nu padh ke bahut peace dikhaya aur oh isliye hoya kyunki main apni galti maan layi si so bachcho last but not the least a clean confession combined with a promise never to commit a sin again when offered before one who has the right to receive it is the purest type of repentance this is the most important line what it says ਕਦੀ ਵੀ ਗਲਤੀ ਕਰੋ ਤਾਂ ਆਪਣੇ ਮਾਂ ਬਾਪ ਔਰ ਆਪਣੇ ਟੀਚਰਸ ਅੱਗੇ ਜੇ ਤੁਸੀਂ ਉਸ ਨੂੰ ਕਬੂਲ ਕਰ ਲੈਂਦੇ ਹੋ ਜਾਂ ਆਪਣੇ ਕਿਸੇ ਵੱਡੇ ਅੱਗੇ ਔਰ ਪ੍ਰੋਮਿਸ ਕਰਦੇ ਹੋ ਕਿ ਤੁਸੀਂ ਉਸ ਨੂੰ ਦੁਬਾਰਾ ਕਦੀ ਕਮਿਟ ਨਹੀਂ ਕਰੋਗੇ ਔਰ ਸਿਰਫ ਉਹਦੇ ਅੱਗੇ ਕਬੂਲ ਕਰਦੇ ਹੋ ਜਿਸ ਨੂੰ ਉਸ ਰਿਪੈਂਟੈਂਸ ਦਾ ਉਸ ਕਨਫੈਸ਼ਨ ਦਾ ਹੱਕ ਹੈ ਉਹ ਸਭ ਤੋਂ ਜ਼ਿਆਦਾ ਰਿਪੈਂਟੈਂਸ ਹੈ ਪਸ਼ਚਾਤਾਪ ਹੈ I knew that my confession made my father feel absolutely safe about me and increased greatly his affection. So students, it was a lengthy chapter. I would request that you please complete your exercises though I had printed them for you. But please do them on your own
And my message to you and your teachers is always speak the truth and walk on the right path. Right? So till our next lecture, I shall see you again, but with the thought that you have read this chapter and you will try to follow what the message in this chapter was. Thank you very much.